ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਫਿਰ ਜੇਲ੍ਹ ਤੋਂ ਬਾਹਰ ਆ ਗਿਆ ਤੇ ਇਸ ਵਾਰ ਰਾਮ ਰਹੀਮ ਨੂੰ 21 ਦਿਨਾਂ ਦੀ ਫਰਲੋ ਮਿਲੀ ਹੈ। ਜਿਸ ਦੇ ਬਾਅਦ ਰਾਮ ਰਹੀਮ ਮੰਗਲਵਾਰ ਸਵੇਰੇ ਯਾਨੀ ਕਿ ਅੱਜ ਸਵੇਰੇ 6 ਵਜੇ ਪੁਲਿਸ ਸਿਕਿਉਰਿਟੀ ਨਾਲ ਬਾਹਰ ਨਿਕਲਿਆ, ਜਿਸ ਦੀਆਂ ਇਹ ਤਸਵੀਰਾਂ ਵੀ ਸਾਹਮਣੇ ਆਈਆਂ ਨੇ, ਜਿਸ 'ਚ ਰਾਮ ਰਹੀਮ ਦਾ ਕਾਫਲਾ ਜੇਲ੍ਹ 'ਚੋਂ ਬਾਹਰ ਆਉਂਦਾ ਹੋਇਆ ਦਿਖਾਈ ਦੇ ਰਿਹਾ। ਅਤੇ ਇਸ ਵਾਰ ਫਿਰ ਤੋਂ ਰਾਮ ਰਹੀਮ ਯੂਪੀ ਵਾਲੇ ਬਾਗਪਤ ਜ਼ਿਲ੍ਹੇ ਬਰਵਾਨਾ ਵਾਲੇ ਆਸ਼ਰਮ 'ਚ ਰਹੇਗਾ। ਦੱਸ ਦਈਏ ਕਿ ਪਿਛਲੇ ਸਾਲ SGPC ਵੱਲੋਂ ਹਾਈਕੋਰਟ 'ਚ ਰਾਮ ਰਹੀਮ ਨੂੰ ਵਾਰ ਵਾਰ ਫਰਲੋ ਅਤੇ ਪੈਰੋਲ ਦੇਣ ਖਿਲਾਫ਼ ਪਟੀਸ਼ਨ ਪਾਈ ਗਈ ਸੀ, ਪਰ ਅਦਾਲਤ ਨੇ ਇਸ ਨੂੰ ਖਾਰਜ ਕਰ ਦਿੱਤਾ ਸੀ ਅਤੇ ਇਸ ਦਾ ਫੈਸਲਾ ਸਰਕਾਰ 'ਤੇ ਛੱਡਿਆ ਸੀ। ਅਤੇ ਅੱਜ ਇੱਕ ਵਾਰ ਫਿਰ ਤੋਂ ਰਾਮ ਰਹੀਮ ਨੂੰ 21 ਦਿਨਾਂ ਦੀ ਫਰਲੋ ਮਿਲੀ ਹੈ ਅਤੇ ਜੇਲ੍ਹ 'ਚੋਂ ਬਾਹਰ ਆਉਂਦਿਆਂ ਹੀ ਰਾਮ ਰਹੀਮ ਨੇ ਆਪਣੇ ਡੇਰਾ ਪ੍ਰੇਮੀਆਂ ਨੂੰ ਸੰਦੇਸ਼ ਵੀ ਦੇ ਦਿੱਤਾ ਹੈ। ਪਿਆਰੇ ਸਤਸੰਗ ਜੀ, ਸਭ ਕੋ ਬਹੁਤ ਬਹੁਤ ਆਸ਼ੀਰਵਾਦ। ਆਪਕੇ ਦਰਸ਼ਨੋਂ ਕੇ ਲੀਏ ਫਿਰ ਸੇ ਹਾਜ਼ਰ ਹੋਏ ਹੈ ਔਰ ਆਪ ਸਭ ਕੋ ਮਾਲਿਕ ਬਹੁਤ ਬਹੁਤ ਖੁਸ਼ੀਆਂ ਦੇ, ਆਸ਼ੀਰਵਾਦ ਕਹਤੇ ਹੈ। ਆਪ ਆਪਣੇ ਆਪਣੇ ਘਰੋਂ ਮੇ ਰਹਿਣਾ ਹੈ, ਕਿਸੀ ਨੇ ਯਹਾਂ ਪੇ ਨਹੀਂ ਆਨਾ। ਜੈਸੇ ਸੇਵਾਦਾਰ ਭਾਈ ਆਪਕੋ ਬਤਾਏਂਗੇ, ਸੇਵਾਦਾਰ ਜ਼ਿੰਮੇਵਾਰ ਆਪਕੋ ਬਤਾਏਂਗੇ, ਉਸਕੇ ਅਕੋਰਡਿੰਗ ਆਪਣੇ ਸੇਵਾ ਕਰਨੀ ਹੈ। ਮਾਲਿਕ ਆਪਕੋ ਬਹੁਤ ਬਹੁਤ ਖੁਸ਼ੀਆਂ ਦੇ, ਸਭ ਕੋ ਬਹੁਤ ਬਹੁਤ ਆਸ਼ੀਰਵਾਦ। ਤਾਂ ਇਸ ਤੋਂ ਪਹਿਲਾਂ ਰਾਮ ਰਹੀਮ ਨੂੰ 19 ਜਨਵਰੀ 2024 'ਚ 50 ਦਿਨਾਂ ਦੀ ਪੈਰੋਲ ਮਿਲੀ ਸੀ, ਜਿਸ ਨੂੰ ਬਾਅਦ 'ਚ 10 ਦਿਨਾਂ ਲਈ ਹੋਰ ਵਧਾ ਦਿੱਤਾ ਗਿਆ ਸੀ। ਫਿਰ ਜੂਨ 2024 'ਚ ਰਾਮ ਰਹੀਮ ਨੂੰ 21 ਦਿਨਾਂ ਦੀ ਫਰਲੋ ਮਿਲੀ ਸੀ ਅਤੇ ਅੱਜ ਇੱਕ ਵਾਰ ਫਿਰ ਤੋਂ ਰਾਮ ਰਹੀਮ ਨੂੰ 21 ਦਿਨਾਂ ਦੀ ਫਰਲੋ ਮਿਲੀ ਹੈ। ਤੁਹਾਡਾ ਕੀ ਕੁਛ ਕਹਿਣਾ ਇਸ ਖਬਰ 'ਤੇ, ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ।